ਖੁੱਡਾ ਜੱਸੂ ਚ ਘਰਾਂ ਨੇੜੇ ਖੜੇ ਵਾਹਨਾਂ ਦੀਆਂ ਬੈਟਰੀਆਂ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਚੋਰਾਂ ਨੇ ਘਰਾਂ ਦੇ ਨੇੜੇ ਖੜੀਆਂ 8 ਕਾਰਾਂ ਦੀਆਂ ਬੈਟਰੀਆਂ ਚੋਰੀ ਕੀਤੀਆਂ ਤੇ ਮੌਕੇ ਤੋਂ ਫਰਾਰ ਹੋ ਗਏ। ਲੋਕਾਂ ਨੇ ਜਦ ਸਵੇਰੇ ਬੈਟਰੀਆਂ ਦੇ ਬਿਨਾਂ ਆਪਣੀਆਂ ਕਾਰਾਂ ਦੇਖੀਆਂ ਤਾਂ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ, ਜਿਸ ਦੇ ਬਾਅਦ ਪੁਲਿਸ ਨੇ ਸੰਬੰਧਿਤ ਮਾਮਲਾ ਪੁਲਿਸ ਸਟੇਸ਼ਨ ਸਾਰਨਪੁਰ ਵਿੱਚ ਦਰਜ ਕਰਕੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਦੇ ਅਨੁਸਾਰ ਮਾਮਲੇ ਦੀ ਸ਼ਿਕਾਇਤ ਖੁੱਡਾ ਜੱਸੂ ਦੇ ਰਹਿਣ ਵਾਲੇ ਸੂਰਜਾਰੀਆਂ ਨੇ ਪੁਲਿਸ ਨੂੰ ਦਿੱਤੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸਨੇ ਆਪਣੀ ਮਹਿੰਦਰਾ ਪਿਕਅਪ ਕਾਰ ਘਰ ਦੇ ਬਾਹਰ ਖੜੀ ਕੀਤੀ ਸੀ, ਜਿਸ ਦੀ ਬੈਟਰੀ ਕਿਸੇ ਅਣਪਛਾਤੇ ਵਿਅਕਤੀ ਨੇ ਚੋਰੀ ਕਰ ਲਈ। ਇਸ ਦੇ ਨਾਲ ਹੀ ਚੋਰੀ ਇਲਾਕੇ ਵਿੱਚ ਖੜੀਆਂ 5 ਮਾਰੂਤੀ ਕਾਰਾਂ, 1 ਟਵੈਰਾ ਅਤੇ 1 ਹੋਰ ਮਹਿੰਦਰਾ ਪਿਕਅਪ ਦੀ ਬੈਟਰੀ ਵੀ ਚੋਰੀ ਕਰਕੇ ਫਰਾਰ ਹੋ ਗਏ ਹਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।